पटियाला पुलिस के द्वारा अमन शांति बहाल रखने के लिए आज पटियाला शहर में फ्लैग मार्च निकाला गया पैरामिलिट्री फोर्स के साथ फ्लैग मार्च निकाला गया जिसमें आईजी पटियाला मुख्य मंदिर सिंह और पटियाला पुलिस के आला अधिकारी उपस्थित रहे यह फ्लैग मार्च पटियाला के अलग अलग बाजारों से होते हुए पटियाला पुलिस लाइन पर जाकर समापन हुआ इस दौरान लोगों से अपील की गई की अमन शांति बनाकर रखें ਪਟਿਆਲਾ ਰੇਂਜ ਦੇ ਚਾਰ ਡਿਸਟ੍ਰਿਕਟਸ ਨੇ ਪਟਿਆਲਾ ਸੰਗਰੂਰ ਮਲੇਰ ਕੋਟਲਾ ਤੇ ਬਰਨਾਲਾ ਚਾਰਾ ਜ਼ਿਲ੍ਹਿਆਂ ਦੇ ਵਿੱਚ ਅਸੀਂ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਹੈ ਵਹੀਕਲਸ ਦੀ ਚੈਕਿੰਗ ਕਰਾ ਰਹੇ ਹਾਂ ਔਰ ਕਰਾਮੇਟਰੀ ਫੋਰਸਿਸ ਨੂੰ ਨਾਲ ਲੈ ਕੇ ਫਲਾਕ ਮਾਰਚਿਸ ਵੀ ਕਢਾ ਰਹੇ ਹਾਂ ਲੇਕਿਨ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਇਹ ਸਾਰਾ ਆਪਰੇਸ਼ਨਸ ਇhtiyaten ਕੀਤੇ ਜਾ ਰਹੇ ਨੇ ਕਿ ਐਂਟੀ ਨੈਸ਼ਨਲ 엘ਮੈਂਟਸ ਜਿਹੜੇ ਆ ਕੋਈ ਵਾਕਏ ਦਾ ਫਾਇਦਾ ਉਠਾ ਕੇ ਕਿਸੇ ਵਾਰਦਾਤ ਨੂੰ ਇਨਜ਼ਾਮ ਨਾ ਦੇ ਦੇਣ ਸੋ ਕਿਸੇ ਕਿਸਮ ਦਾ ਕੋਈ ਪੈਨਿਕ ਦੀ ਗੱਲ ਨਹੀਂ ਹੈ ਸੂਬੇ ਦੇ ਵਿੱਚ ਲਾਅ ਆਰਡਰ ਬਿਲਕੁਲ ਅੰਡਰ ਕੰਟਰੋਲ ਹੈ ਕਿਸੇ ਕਿਸਮ ਦਾ ਕੋਈ ਮੇਜਰ ਕਰਾਇਮ ਨਹੀਂ ਹੈ ਲੋਕਾਂ ਨੂੰ ਅਪੀਲ ਹੈ ਕਿ ਕਿਸੇ ਕਿਸਮ ਦੀ ਰਿਯੂਮਰ ਤੇ ਯਕੀਨ ਨਾ ਰਖਣ ਪੁਲਿਸ ਦੇ ਕੰਟਰੋਲ ਹਮੈ ਸਾਡੀਆਂ ਹੈਲਪਲਾਈਨਸ ਹੈ ਸਾਡੇ ਨੰਬਰ ਖੁੱਲੇ ਆ ਪ੍ਰਸ਼ਾਸਨ ਨਾਲ ਗੱਲ ਕਰ ਲੈਣ ਕਿਸੇ ਅਫਸਰ ਨਾਲ ਸਹੀ ਪਰਸਪੈਕਟਿਵ ਆਉਣਾ ਚਾਹੀਦਾ ਸਾਡਾ ਲੋਕਾਂ ਨੂੰ ਅਪੀਲ ਹੈ ਕਿ ਸੁਖ ਸ਼ਾਂਤੀ ਸਦਭਾਵਨਾ ਬਣਾ ਕੇ ਰੱਖਣ ਕਿਸੇ ਕਿਸਮ ਦਾ ਕੋਈ ਪੈਨਿਕ ਨਹੀਂ ਹੈ ਪੁਲਿਸ ਪ੍ਰਸ਼ਾਸਨ ਦਾ ਪੂਰਾ ਕੰਟਰੋਲ ਹੈ ਲਾਅ ਆਰਡਰ ਸਾਡਾ ਮੇਨਟੇਨ ਹੈ ਅਸੀਂ ਧਾਰਮਿਕ ਤੇ ਸਮਾਜਿਕ ਲੀਡਰਸ ਨੂੰ ਵੀ ਅਪੀਲ ਕਰਦੇ ਆ ਕਿ ਤੁਸੀਂ ਕੋਈ ਇਸ ਤਰ੍ਹਾਂ ਦੀ ਬਿਆਨਬਾਜ਼ੀ ਨਾ ਕਰਨਾ ਨਾ ਕੋਈ ਸੋਸ਼ਲ ਮੀਡੀਆ ਪੋਸਟ ਪੋਵੇ ਜਿਹਦੇ ਨਾਲ ਸਾਡਾ ਸੂਬੇ